पंजाबी टेशन नाल जुड़े हो तो मैं जस्सी बड़ैच दोस्तों फिर हाजिर हाँ एक नवी तो बहुत ही घेंट फिल्म के नाल। बहुत घट फिल्म इदा दुनिया ने जिन्हों आप वेख के कहने नहीं यार स्वाद आ गया। सच्ची इदा का ट्रेलर रिलीज़ होया जिन्हों आप वेख के कहे यार स्वाद आ गया, गल ही स्वाद वाली है, टाइटल ही स्वाद वाला लौंग इलाची। सो साढ़े नाल अज लौंग इलाची की टीम बाई एमी विर्क ते नीरू बाजवा मैम मौजूद ने। सो मैम जिदा तुम कॉफ़ी पी रहे हो ना मैनू गल याद आई, कहते कहन कोई कुछ भी कवे पर चाह का स्वाद आ जाता जे बिच लौंग इलाची पवे। चाह पीन का चा जहा चढ़ जाता कोई अपनी चाह लैके कोल पवे भी जी कित जिंदगी दूर भी हो जाए ना वो याद तो करे जो चाह की चुस्की लवे। सो भी लौंग इलाची की गल करिए है ना कि जिदा मैम सची इलाची वर्गे ने। सो जिदा कह नहीं सकता कि इलाची सची एक जिदा चलाक जहा है ना वो है जिदा कि आप कोई मतलब ड्रिंक भी बंदा कर लगा इलाची खा ले तो कह दिया भी वासना नहीं आएगी। लौंग बेचारा लौंग नूं पुछया नहीं जाता पिछे छड्डिया जाता गा कह सकते हो सही गल है ना मतलब किन्ने पर्दे कच जांदी है। हां कि चीज जां लुकोंदी है ना चलाक चीज सही गल है बंदे चलाक बनांदी है सही गल है सही गल है। ये आपां ये बर्तन वास्ते तां नहीं रखे नु भी टक्के रखदी लाचियां के कई बार ਪੜਦੇ ਟਕਲੇ ਰਿਲੇਸ਼ਨ ਬਚਾ ਲੈਂਦੀਆਂ ਨੇ। ਹਾਂ ਚੰਗੀ ਗੱਲ ਹੈ ਰੀਲੀ ਗੁੱਡ। ਸੋ ਵੀਰੇ ਤੁਹਾਡੇ ਕੈਰੈਕਟਰ ਬਾਰੇ ਥੋੜਾ ਦੱਸੋ ਨਾ ਕਿ ਇਹ ਪਹਿਲਾ ਟ੍ਰੇਲਰ ਸੱਚੀ ਕਹਾਂ ਤਾਂ ਇਦਾਂ ਦਾ ਟ੍ਰੇਲਰ ਲੱਗਿਆ ਜਿਹਨੂੰ ਸਾਨੂੰ ਵੇਖ ਕੇ ਲੱਗਦਾ ਵੀ ਅੱਗੇ ਪਤਾ ਨਹੀਂ ਕੀ ਕੁਝ ਹੋਏਗਾ ਨਹੀਂ। ਬਹੁਤੀ ਫਿਲਮਾਂ ਇਦਾਂ ਹੁੰਦੀਆਂ ਨੇ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਆਪਾਂ ਪਹਿਲੀ ਵਾਰੀ ਨਵੀਂ ਬਹੂ ਨੂੰ ਆਪਾਂ ਚਿਹਰਾ ਵੇਖਦੇ ਹਾਂ ਨਹੀਂ ਪਤਾ ਲੱਗਦਾ ਵੀ ਅੱਗੇ ਦਾ ਸੁਭਾਅ ਕਿੱਦਾਂ ਦਾ ਹੋਊਗਾ। ਇਹ ਟ੍ਰੇਲਰ ਸਾਨੂੰ ਵੇਖ ਕੇ ਇੱਦਾਂ ਹੀ ਲੱਗਦਾ ਵੀ ਅੱਗੇ ਅੱਗੇ ਪਤਾ ਨਹੀਂ ਕੀ ਕੁਝ ਹੋਏਗਾ। ਸੁਭਾਅ ਬਹੁਤ ਤਰ੍ਹਾਂ ਹੀ ਸਾਡੀ ਫਿਲਮ ਦਾ ਤੇ ਜਿੱਦਾਂ ਕਹਿ ਲਓ ਤੁਸੀਂ ਵੀ ਟ੍ਰੇਲਰ ਤਾਂ ਮਤਲਬ 1-2% ਹੁੰਦਾ ਜੀ ਪੂਰੀ ਫਿਲਮ ਦਾ ਰਾਈਟ। ਜਿਵੇਂ ਮਤਲਬ 3-3.5 ਮਿੰਟ ਦਾ ਟ੍ਰੇਲਰ ਹੈ 2.25-2 ਘੰਟੇ ਸਾਡੀ ਫਿਲਮ ਹੈ ਤੁਸੀਂ ਉਹੀ ਲਾ ਲਓ 1.5% ਦੀ ਫੁਟੇਜ ਆ ਉਹ ਫੀਲ ਦਿਖਾਈ ਹੈ ਅਸੀਂ ਬਾਕੀ ਰੈਸਟ ਇਹ ਸਾਰਾ ਕੁਛ ਜਿਹੜੀ ਪਟਾਰੀ ਆ 19 ਅਗਸਤ ਨੂੰ ਖੁੱਲ ਜਾਣੀ ਆ ਅਤੇ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਜੀ ਸਾਰੀ ਟੀਮ ਵੱਲੋਂ। ਅੰਬਰ ਭਾਅ ਜੀ ਨੇ ਲਿਖੀ ਹੈ ਅਤੇ ਡਾਇਰੈਕਟ ਕੀਤੀ ਹੈ ਫਿਲਮ, ਐਕਟ ਕੀਤਾ ਉਹਨਾਂ ਨੇ ਫਿਲਮ ਦੇ ਵਿੱਚ ਆਪ ਅਤੇ ਉਹ ਮਤਲਬ ਸਿੰਗਲ ਹੈਂਡਲੀ ਉਹਨਾਂ ਨੇ ਸਾਰੀ ਫਿਲਮ ਸਾਂਭੀ ਹੈ ਅਤੇ ਬਾਕੀ ਤੁਸੀਂ ਉਹਨਾਂ ਦੀਆਂ ਫਿਲਮਾਂ ਪਹਿਲਾਂ ਆਲਰੇਡੀ ਵੇਖੀਆਂ ਮਤਲਬ ਅਤੇ ਵੈਸੇ ਵੀ ਉਹਨਾਂ ਨੂੰ ਮਤਲਬ ਆ 47 ਦੇ ਏਰਾ ਨਾਲ ਬਹੁਤ ਜ਼ਿਆਦਾ ਪਿਆਰ ਹੈ। ਅੰਗਰੇਜ਼ ਕੀਤੀ ਉਹਨਾਂ ਨੇ, ਲਾਹੌਰੀ ਕੀਤੀ ਰਾਈਟ, ਅਤੇ ਆਪ ਵੀ ਭਾਅ ਜੀ ਬਾਰਡਰ ਏਰੀਏ ਤੋਂ ਨੇ, ਅਬੋਹਰ ਤੋਂ ਨੇ। ਸੋ ਫਿਲਮ ਦੇ ਵਿੱਚ ਜਿਹੜੇ ਸਾਡੇ ਕਰੈਕਟਰਸ ਨੇ ਉਹਨਾਂ ਨੇ ਸੇਮ ਐਜ਼ ਮਤਲਬ ਲੌਂਗ ਦਾ ਅਤੇ ਮਹਿੰਗੇ ਦਾ ਕਰੈਕਟਰ ਨਿਭਾਇਆ ਜਿਹੜਾ ਪਹਿਲਾਂ ਦਾ ਕਰੈਕਟਰ ਸੀ ਅਤੇ ਨੀਰੂ ਜੀ ਦਾ ਨਾਮ ਇਸ ਵਾਰ ਮਰੀਅਮ ਹੈ ਅਤੇ ਮੇਰਾ ਨਾਮ ਕਰਨੈਲ ਸਿੰਘ ਹੈ। ਅਤੇ ਇਹ ਵੰਡ ਵੇਲੇ ਦੀ ਅਸਲ ਭਾਅ ਜੀ ਫਿਲਮ ਆ, ਵੰਡ ਵੇਲੇ ਦੀ ਸਟੋਰੀ ਹੈ ਜਦੋਂ ਮਤਲਬ ਵੰਡ ਹੋ ਗਈ ਸੀ ਅਤੇ ਇੱਧਰੋਂ ਉੱਧਰ ਜਾਣਾ ਪਿਆ ਅਤੇ ਉੱਧਰੋਂ ਲੋਕਾਂ ਨੂੰ ਇੱਧਰ ਆਉਣਾ ਪਿਆ ਅਤੇ ਉਦੋਂ ਘਰੋਂ ਬੇਘਰ ਹੋਏ ਲੋਕਾਂ ਦਾ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਅਤੇ ਡਿਪਾਰਟਮੈਂਟਾਂ ਵੱਲੋਂ ਕਈਆਂ ਨੂੰ ਕੋਈ ਘਰ ਅਲੋਟ ਹੋਏ, ਕਈਆਂ ਨੂੰ ਕੁਛ ਅਲੋਟ ਹੋਇਆ, ਕਈਆਂ ਦੀਆਂ ਜ਼ਮੀਨਾਂ ਵੱਧ ਸੀਗੀਆਂ ਇੱਥੇ ਘੱਟ ਮਿਲੀਆਂ, ਕਈਆਂ ਦੀਆਂ ਘੱਟ ਸੀਗੀਆਂ ਆ ਕੇ ਵੱਧ ਦੱਬ ਲਈਆਂ ਉਹਨਾਂ ਨੇ ਅਤੇ ਕੋਈ ਲੁਟੇਰੇ ਵੀ ਸੀ ਵਿੱਚ। ਸੋ ਸਾਰੇ ਰੰਗ ਉਸ ਸਮੇਂ ਦੇ ਜਿਹੜੇ ਪੋਜ਼ੀਟਿਵ ਅਤੇ ਨੈਗੇਟਿਵ ਆਸਪੈਕਟਸ ਦੇ ਨਾਲ ਉਹ ਅਸੀਂ ਫਿਲਮ ਦੇ ਵਿੱਚ ਦਰਸਾਏ ਆ ਅਤੇ ਤੁਹਾਨੂੰ ਉਹ ਵੇਖਣ ਨੂੰ ਮਿਲਣਗੇ ਅਤੇ ਰੋਮੈਂਸ ਵੀ ਫਿਲਮ ਦੇ ਵਿੱਚ, ਕਾਮੇਡੀ ਵੀ, ਐਂਟਰਟੇਨਮੈਂਟ ਦਾ ਐਸ ਯੂਜ਼ੁਅਲ ਹੈਗਾ ਹੀ ਹੈ ਜੀ। ਹੋਪਫੁਲੀ ਤੁਹਾਨੂੰ ਇਹ ਫਿਲਮ ਚੰਗੀ ਲੱਗੂਗੀ। ਸੋ ਮੈਂ ਤੁਹਾਡੇ ਕਰੈਕਟਰ ਦੀ ਗੱਲ ਕਰੀ ਹੈ ਨਾ ਕਿ ਤੁਸੀਂ ਇੱਦਾਂ ਦੀ ਪਹਿਲੀ ਫਿਲਮ ਕੀਤੀ ਹੈ, ਵੀਰੇ ਹੋਰਾਂ ਨੇ ਪਹਿਲਾਂ ਫਿਲਮਾਂ ਕੀਤੀਆਂ ਜਿਹ 'ਚ ਪੁਰਾਣਾ ਪੰਜਾਬ ਵਿਖਾਇਆ ਗਿਆ ਹੈ ਨਾ, ਸੋ ਤੁਹਾਨੂੰ ਉਹ ਚੀਜ਼ ਜਿਉਂ ਕਿ ਉਹ ਕਿਰਦਾਰ ਕਰਕੇ ਤੁਹਾਨੂੰ ਕਿਵੇਂ ਦਾ ਲੱਗੇ? ਮੈਨੂੰ ਬਹੁਤ ਵਧੀਆ ਲੱਗਿਆ। ਮੈਨੂੰ ਓਬਵੀਅਸਲੀ ਮੈਂ ਇੰਨੀਆਂ ਫਿਲਮਾਂ ਕਰ ਚੁੱਕੀ ਨੇ, ਕੈਰੈਕਟਰਸ ਪਲੇ ਕਰ ਚੁੱਕੀ ਹਾਂ, ਸੋ ਜਦੋਂ ਵੀ ਕੁਛ ਨਵਾਂ ਕਰਨ ਨੂੰ ਮਿਲਦਾ ਹੈ ਐਕਸਾਈਟਿੰਗ ਹੀ ਹੁੰਦਾ ਹੈ ਇੱਕ ਐਕਟਰ ਲਈ। ਐਂਡ ਮਤਲਬ ਜੋ ਸੈਟਸ ਬਣਾਏ ਗਏ ਅਤੇ ਰਿਸਰਚ ਜੋ ਕੀਤੀ ਗਈ ਇਸ ਫਿਲਮ ਲਈ, ਐਂ ਵਾਕਈ ਐਂ ਲੱਗਦਾ ਸੀ ਵੀ ਆਪਾਂ ਵੀ ਇੱਕ ਵੱਡੀ ਫਿਲਮ ਬਣਾ ਰਹੇ ਹਾਂ, ਯੂ ਨੋ, ਕਿ ਤੁਹਾਨੂੰ ਵੀ ਲੱਗੂਗਾ ਜਦੋਂ ਤੁਸੀਂ ਫਿਲਮ ਦੇਖੋਗੇ, ਤੁਸੀਂ ਦੇਖੋਗੇ ਗ੍ਰੈਂਡਰ ਅਤੇ ਮਤਲਬ ਇੱਕ ਕੰਪਲੀਟ ਸਿਨੇਮੈਟਿਕ ਜੋ ਐਕਸਪੀਰੀਅੰਸ ਆ। ਸੋ ਵੀਰੇ ਜਿੱਦਾਂ ਮੈਂ ਉਹਦੀ ਗੱਲ ਕਰੀ ਨਾ ਕਿ ਇਹਨਾਂ ਦਾ ਜਦੋਂ ਪਹਿਲੀ ਤੁਸੀਂ ਲੌਂਗ ਇਲਾਚੀ ਕੀਤੀ ਸੀ ਤਾਂ ਉਹਦਾ ਕਰੈਕਟਰ ਇੱਦਾਂ ਸੀ ਇੱਕ ਗਰੀਬ ਕੁੜੀ ਦਾ ਹੈ ਨਾ, ਤੁਸੀਂ ਉਹ ਚੀਜ਼ ਮਤਲਬ ਨਾ ਕਦੇ ਹੰਡਾਈ ਹੋਣੀ ਨਾ ਕਦੇ ਸੁਣੀ ਹੋਣੀ ਹੈਗੀ, ਇਹ ਜਿੱਦਾਂ ਕਹਿੰਦੇ ਇੱਕ ਅਮੀਰ ਤੋਂ ਗਰੀਬ ਬਣਨਾ ਕਿੰਨਾ ਔਖਾ ਸੀ? ਨਹੀਂ, ਮੈਂ ਬਹੁਤ ਹੀ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਮਿਡਲ ਕਲਾਸ ਫੈਮਿਲੀ, ਸੋ ਮੈਂ ਸਭ ਕੁਛ ਹੀ ਦੇਖਿਆ ਹੈ। ਸੋ ਯਾ, ਬਹੁਤ ਬਿਲਕੁਲ ਮੁਸ਼ਕਿਲ ਨਹੀਂ ਸੀਗਾ। ਐਂਡ ਮੈਂ ਇੱਕ ਐਕਟਰ ਹਾਂ, ਸੋ ਮੈਂ ਕੋਈ ਵੀ ਰੋਲ ਪਲੇ ਕਰ ਸਕਦੀ ਹਾਂ, ਐਕਸ਼ਨ ਤੋਂ ਬਾਅਦ ਕੁਛ ਵੀ ਕਰ ਸਕਦੀ ਹਾਂ। ਸੋ ਵੀਰੇ ਜਦੋਂ ਹੁਣ ਤੁਸੀਂ ਮੈਮ ਹੋਰਾਂ ਨੂੰ ਪਹਿਲੀ ਵਾਰੀ ਮਿਲੇ ਸੀਗੇ ਹੈ ਨਾ, ਅਤੇ ਤੁਹਾਡੀ ਦੂਜੀ ਫਿਲਮ ਆ ਹੈ ਨਾ ਮੈਮ ਹੋਰਾਂ ਦੇ ਨਾਲ, ਸੋ ਕਦੇ ਤੁਹਾਨੂੰ ਕੀ ਫੀਲਿੰਗ ਸੀ ਜਦੋਂ, ਕਦੇ ਥੋੜ੍ਹਾ ਡਰ ਜਿਹਾ ਸੀਗਾ ਵੀ ਸੀਨੀਅਰ ਨੇ ਕਿਹੋ ਜਿਹਾ ਮਾਹੌਲ ਹੋਏਗਾ, ਜਾਂ ਤੁਸੀਂ ਫਿਰ ਇਸ ਤੋਂ ਬਾਅਦ ਜਦੋਂ ਹੁਣ ਕੀ ਚੇਂਜ ਆਇਆ ਦੂਜੀ ਫਿਲਮ 'ਤੇ? ਨਹੀਂ, ਅਸੀਂ ਮਤਲਬ ਜਦੋਂ ਪਹਿਲੀ ਵਾਰੀ ਮੇਰੀ ਫੋਨ 'ਤੇ ਗੱਲ ਹੋਈ ਸੀ ਉਹ ਵੀ ਮੇਰੇ ਮੂਮੈਂਟ ਜ਼ਿਆਦਾ ਸੀ, ਕੱਲ੍ਹ ਅਸੀਂ ਡਿਸਕਸ਼ਨ ਕਰਦੇ ਸੀਗੇ ਉਸ ਚੀਜ਼ 'ਤੇ ਵੀ, ਅਤੇ ਪਹਿਲੀ ਵਾਰੀ ਮਿਲੇ ਅਸੀਂ ਲੌਂਗ ਇਲਾਚੀ ਦੇ ਸੈੱਟ 'ਤੇ ਸੀਗੇ, ਅਤੇ ਉਦੋਂ ਪਹਿਲਾਂ ਮੈਂ ਹਰਜੀਤਾ ਕਰਕੇ ਹਟਿਆ ਸੀ, ਅਤੇ ਮੈਂ ਉਦੋਂ ਬਹੁਤ ਜ਼ਿਆਦਾ ਵੈਸੇ ਹੀ ਹਲਕਾ ਜਿਹਾ ਹੋਇਆ ਸੀਗਾ, ਅਤੇ ਉਹ ਅਤੇ ਫਿਰ ਉਸ ਤੋਂ ਬਾਅਦ ਟਾਈਮ ਪੂਰਾ ਆਇਆ ਸੀਗਾ ਉਹ ਫਿਲਮ ਤੋਂ ਬਾਅਦ 'ਚ ਇਹ ਫਿਲਮ ਦੇ ਵਿੱਚ ਆਉਣਾ ਹੈ ਨਾ, ਭਾਰ ਵਧਾਉਣਾ, ਕੰਮ ਕਰਨਾ ਸੀ ਨਾਲ, ਅੰਬਰ ਭਾਅ ਜੀ ਸੀ, ਨੀਰੂ ਜੀ ਸੀ,
ਤੇ ਉਹ ਮੂਮੈਂਟਸ ਯਾਦ ਨੇ, ਨਰਵਸ ਵੀ ਸੀਗੇ ਕਿਉਂਕਿ ਆਪ ਮਤਲਬ ਨੀਰਜਨ ਦੀ ਫਿਲਮਾਂ ਦੇ ਪ੍ਰਮੋਸ਼ਨ ਤੇ ਜਾਂਦੇ ਰਹੇ ਅਸੀਂ, ਉਦੋਂ ਇੱਕ ਦੋ ਤੋਂ ਸਾਡੇ ਗਾਣੇ ਆਏ ਸੀਗੇ, ਉਦੋਂ ਮਨ 'ਚ ਰੀਝ ਵੀ ਹੁੰਦੀ ਸੀ ਵੀ ਉਹਨਾਂ ਨਾਲ ਕੰਮ ਕਰਨਾ ਰਾਈਟ, ਅਤੇ ਇੱਕ ਜਦੋਂ ਤੁਸੀਂ ਆਪਣੇ ਤੋਂ ਸੀਨੀਅਰ ਨਾਲ ਕੰਮ ਕਰਦੇ ਹੋ, ਮਨ ਦੇ ਵਿੱਚ ਇੱਕ ਉਹ ਰਿਸਪੈਕਟ ਜਿਹਾ ਵੀ ਹੁੰਦਾ ਅਤੇ ਡਰ ਜਿਹਾ ਵੀ ਹੁੰਦਾ ਇੱਕ, ਹੈ ਨਾ ਵੀ ਪਤਾ ਨਹੀਂ ਇੱਕ ਵੈਸੇ ਸੰਗ ਜੀ ਵੀ ਹੁੰਦੀ ਹੈ ਨਾ ਵੀ ਬੁਲਾਈਏ ਕਿ ਨਾ ਬੁਲਾਈਏ, ਜਾ ਕੇ ਕਿੱਦਾਂ ਦਾ ਲੱਗੇਗੇ, ਐਵੇਂ ਭੈੜੇ ਨਾ ਲੱਗੀ ਜਾਈਏ, ਓਵਰ ਨਾ ਲੱਗ ਜਾਈਏ, ਵੱਧ ਘੱਟ ਨਾ ਕਰ ਲਈਏ ਗੱਲਬਾਤ ਰਾਈਟ, ਅਤੇ ਉਹ ਵੈਸੇ ਅੱਜ ਕੱਲ੍ਹ ਵੀ ਹੈ ਮਤਲਬ ਓਨੀ ਨਹੀਂ ਰਹੀ, ਅਤੇ ਬਟ ਉਹ ਜਿਹੜਾ ਇੱਕ ਹਾਂ ਮਤਲਬ ਜਿਹੜੀ ਉਹ ਸੰਗ ਹੈ ਓਨੀ ਨਹੀਂ ਰਹੀ, ਅਤੇ ਰਿਸਪੈਕਟ ਤਾਂ ਖੈਰ ਚਲੋ ਉਦੋਂ ਵੱਧ ਹੀ ਹੋਈ ਹੈ ਬੰਦੇ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਹਮੇਸ਼ਾ, ਅਤੇ ਉਹ ਤਾਂ ਹੁਣ ਵੀ ਜਦੋਂ ਅਸੀਂ ਹੁਣ ਵੀ ਫਿਲਮ ਕੀਤੀ ਆ ਅਤੇ ਅੱਗੇ ਵੀ ਜਦੋਂ ਅਸੀਂ ਆਉਣ ਵਾਲੇ ਸਮੇਂ 'ਚ ਕੰਮ ਕਰਾਂਗੇ ਤਾਂ ਡੈਫੀਨੇਟਲੀ ਉਹ ਇੱਕ ਜਿਹੜਾ ਬੌਂਡ ਹੁੰਦਾ ਉਹ ਹੋਰ ਸਟਰੋਂਗ ਅਤੇ ਇੰਪਰੂਵ ਹੁੰਦਾ ਜਾਂਦਾ। ਸੋ ਮੈਮ ਮੈਨੂੰ ਲੱਗਦਾ ਇਹ ਫਿਲਮ ਦੇ ਹਿੱਟ ਹੋਣ ਦੇ ਤਾਂ ਕਈ ਕਾਰਨ ਨੇ, ਪਰ ਇੱਕ ਵੱਡਾ ਕਾਰਨ ਹਿੱਟ ਹੋਣ ਦਾ ਇਹ ਆ ਕਿ ਇਸ ਵਾਰ ਨਾ ਪਹਿਲਾਂ ਵੀ ਲੌਂਗ ਲਾਸੀ ਵਿੱਚ 3 ਏਆਂ ਇਕੱਠੀਆਂ ਸੀ, ਹੈ ਨਾ, ਐਮੀ, ਅਰਸ਼ਵੀਰ, ਅੰਬਰਦੀਪ, ਅਤੇ ਤੁਹਾਡਾ ਇਹ ਤੁਹਾਡਾ ਲਈ ਹੈ ਨਾ ਲੱਕੀ ਆ ਇਹ ਦੱਸਦੇ ਸੀ ਜਦੋਂ ਪਹਿਲਾਂ ਲੌਂਗਲਾ ਚ ਕੀਤੀ ਸੀ ਤੁਸੀਂ 10-12 ਟੇਕ ਹੁੰਦੇ ਸੀ, ਮਤਲਬ ਮਾਹੌਲ ਏਦਾਂ ਦਾ ਬਣ ਜਾਂਦਾ ਸੀਗਾ, ਇਸ ਵਾਰ ਕਿਵੇਂ ਦਾ ਹੁੰਦਾ ਸੀਗਾ? ਇਸ ਵਾਰੀ ਵੀ ਅਸੀਂ ਮਤਲਬ ਕਈ ਸੀਨ ਜਿੰਨੇ ਫਨੀ ਨੇ ਐਂਡ ਸਪੈਸ਼ਲੀ ਅੰਬਰ ਜੀ ਨਾਲ ਸੀਨ ਕਰਦੇ ਹਾਂ ਤਾਂ ਸਾਰਿਆਂ ਲਈ ਬਹੁਤ ਔਖਾ ਹੈ ਕਿਉਂਕਿ ਉਹ ਹਰ ਟੇਕ 'ਚ ਕੁਛ ਨਵਾਂ ਕਰਦੇ ਆ, ਯੂ ਨੋ, ਸੋ ਅਸੀਂ ਹਾਂ ਕਿ ਹਾਸਾ ਆ ਜਾਂਦਾ ਅਤੇ ਉਹ ਵੀ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕਦੇ, ਆਪ ਹੀ ਹੱਸ ਪੈਂਦੇ ਕਈ ਗੱਲ ਕਰਕੇ, ਬਲੇਮ ਇੱਧਰ ਆ ਜਾਊਗਾ ਅੰਬਰ, ਉਹ ਆਪ ਹੀ ਹੱਸ ਪੈਂਦੇ। ਕਿਹੜਾ ਵੀ ਇੱਦਾਂ ਦਾ ਤੁਹਾਨੂੰ ਕਹੇ ਹਜੇ ਵੀ ਯਾਦ ਹੋਏਗਾ ਉਹ ਚੀਜ਼ ਹੈ ਨਾ ਵੀ ਜਦੋਂ ਆਹ ਸੈੱਟ 'ਤੇ ਹੁੰਦੀ ਸੀ ਤਾਂ ਵਾਰ ਵਾਰ ਹਾਸਾ ਹੁੰਦਾ ਸੀਗਾ? ਅਤੇ ਭਾਅ ਜੀ ਕੋਈ ਵੀ ਸੀਨ ਹੈ ਨਾ ਪਤਾ ਕੀ ਚੱਕਰ ਹੈ, ਜਦੋਂ ਤੁਸੀਂ ਪ੍ਰਿਪੇਅਰ ਹੁੰਦੇ ਹੋ ਇੱਕ ਤਾਂ ਤੁਸੀਂ ਗੱਲ ਮਤਲਬ ਸੁਣ ਲਈ ਜਾਂ ਪੜ੍ਹ ਲਈ ਵੀ ਆਹ ਚੀਜ਼ ਇੱਥੇ ਯਾਰ ਹਾਸੇ ਵਾਲੀ ਗੱਲ ਆ ਇਹ, ਅਤੇ ਇੱਥੇ ਤੁਸੀਂ ਇਹ ਇੱਥੇ ਨਹੀਂ ਹੱਸਣਾ ਆਹ ਮੂਮੈਂਟ 'ਤੇ, ਅਤੇ ਅੰਬਰ ਭਾਅ ਜੀ ਇੱਦਾਂ ਹੁੰਦਾ ਵੀ ਇੱਕ ਲਾਈਨ ਬੋਲਤੀ, ਜਦੋਂ ਕੱਟ ਹੋ ਗਿਆ ਜਦੋਂ ਰੀਟੇਕ ਹੋਣਾ ਉਹਦਾ, ਉਹਦੇ 'ਚ ਉਹਨਾਂ ਨੇ ਕੋਈ ਨਵੀਂ ਬੋਲ ਦੇਣੀ ਆ, ਪੰਚ ਹਾਸੇ ਵਾਲੀ ਗੱਲ ਹੋਰ ਫਿਰ ਤੁਸੀਂ ਹੱਸ ਪੈਣਾ, ਉਹ ਇੱਦਾਂ ਹੁੰਦਾ ਸੀਗਾ। ਅਤੇ ਅਦਰਵਾਈਜ਼ ਵੀ ਜਿਹੜੇ ਇਹਨਾਂ ਦੇ ਮਤਲਬ ਅਦਰਵਾਈਜ਼ ਵੀ ਜਿਹੜੇ ਸੀਨ ਚੱਲਦੇ ਹੁੰਦੇ ਸੀ, ਮੈਂ 40-45 ਟੇਕ ਚੱਲਦਾ ਤਾਂ ਮੈਂ ਵੇਖਿਆ, ਅੱਛਾ, ਰਵਿੰਦਰ ਬਰਾੜ ਮੈਡਮ ਜੀ ਉਹਨਾਂ ਦਾ, ਦਿਲੂਰੀ ਮੈਡਮ ਉਹਨਾਂ ਦਾ ਚੱਲਦੇ ਹੁੰਦੇ ਸੀ ਨਾ, ਅਤੇ ਕਾਫੀ ਵਿੱਚ ਜਿਹੜੇ ਡੈਬਿਟੈਂਟ ਵੀ ਸੀਗੇ ਫਿਲਮ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਜ਼ਿਆਦਾ ਫਿਲਮਾਂ ਦੇ ਵਿੱਚ ਕੰਮ ਨਹੀਂ ਕੀਤਾ, ਸੋ ਬਟ ਉਹਨਾਂ ਇਹਨਾਂ ਦਾ ਇੱਦਾਂ ਨਹੀਂ ਸੀ ਹੁੰਦਾ ਹੁੰਦਾ ਵੀ ਇੰਨੇ ਪ੍ਰੋਫੈਕਸ਼ਨਿਸਟ ਨਹੀਂ, ਕਈ ਵਾਰ ਤਾਂ ਬੰਦਾ ਵੈਸੇ ਅੱਕ ਜਾਂਦਾ 8-10 ਟੇਕਾਂ ਤੋਂ ਬਾਅਦ ਵੀ ਛੱਡੋ ਯਾਰ ਜਿਹੜਾ ਹੈਗਾ ਇਹ ਤੋਂ ਕੱਢ ਕੇ ਲਾ ਲਾਂਗੇ, ਪਰ ਜੇ 40-45 ਸੀਨ ਹੋ ਰਹੇ ਨੇ ਤਾਂ ਡੈਫੀਨੇਟਲੀ ਉਹ ਵਧੀਆ ਗੱਲ ਹੈ ਵੀ ਇਹਨਾਂ ਨੇ ਕੁਆਲਿਟੀ ਫਿਲਮ ਦੇ ਵਿੱਚ ਉਹ ਕੱਢੀ ਹੈ, ਹਰ ਬੰਦੇ ਨੇ ਆਰਟਿਸਟ ਦੇ ਵੱਲੋਂ ਕੰਮ ਕਰਵਾਇਆ ਇਹਨਾਂ ਨੇ, ਸੋ ਇਟਸ ਅ ਗੁੱਡ ਥਿੰਗ ਭਾਅ ਜੀ, ਟੇਕ ਕਰਨੇ ਮਾੜੀ ਗੱਲ ਹੁੰਦੀ। ਸੋ ਵੀਰੇ ਤੁਹਾਡੇ ਕਿੱਦਾਂ ਤੁਹਾਡਾ ਕਿਰਦਾਰ ਆ, ਜਿੱਦਾਂ ਤੁਹਾਡੀ ਜਦੋਂ ਤੁਸੀਂ ਸ਼ਬਦ ਬੋਲਿਆ ਜਿੱਦਾਂ ਭਾਊ ਬੋਲਦੇ ਹੁੰਦੇ ਆ, ਹੈ ਨਾ, ਤੁਸੀਂ ਪਹਿਲਾਂ ਵੀ ਇਸ ਫਿਲਮ ਦੇ ਵਿੱਚ ਇੱਦਾਂ ਕੀਤਾ ਸੀਗਾ, ਸੋ ਤੁਹਾਡਾ ਕਿਹੜਾ ਜੋਨਰ ਰਹੇਗਾ ਇਸ ਫਿਲਮ ਦੇ ਵਿੱਚ? ਮਲਵਈ ਮਾਲਵੇ ਵਾਲਾ, ਮਾਝੇ ਵਾਲਾ ਪਾਕਿਸਤਾਨ ਆਇਆ, ਜਿਹੜੇ ਕਮਾਂਡੋ ਵੇਲੇ ਦੀ ਫਿਲਮ ਆ ਉਧਰੋਂ ਆਏ ਆ, ਅਤੇ ਇੱਧਰ ਆ ਕੇ ਇਹਨਾਂ ਨੂੰ ਮਤਲਬ ਜਿਹੜਾ ਘਰ ਅਲੋਟ ਹੋਇਆ, ਅਤੇ ਜਿਹੋ ਜਿਹਾ ਮਤਲਬ ਅੰਗਰੇਜ਼ ਫਿਲਮ ਦੇ ਵਿੱਚ ਸੀਗਾ ਉਹੋ ਜਿਹੀ ਬੋਲੀ ਰਹੂਗੀ, ਅਤੇ ਰੈਸਟ ਜਿਹੜਾ ਮਤਲਬ ਕਰੈਕਟਰ ਨੇ ਇਹਦੇ ਕਈ ਰੰਗ ਨੇ ਜੀ, ਇਹਦੇ 'ਚ ਮੈਂ ਨੈਗੇਟਿਵ ਨਹੀਂ ਕਹਿ ਸਕਦਾ ਅਤੇ ਬਹੁਤਾ ਖਰਾ ਪੋਜ਼ਿਟਿਵ ਵੀ ਨਹੀਂ ਕਹਿ ਸਕਦਾ, ਸਾਰੇ ਰੰਗ ਨੇ। ਸੋ ਮੈਮ ਇਸ ਵਾਰੀ ਗੱਲ ਕਰੀਏ, ਇਸ ਵਾਰ ਲਾਚੀ ਕਿੱਧਰ ਜਾਏਗੀ? ਇਹ ਫਿਲਮ ਵੇਖ ਕੇ ਪਤਾ ਲੱਗੂਗਾ ਜੇ ਤਾਂ ਉੱਦਾਂ ਜੇ ਤੁਹਾਨੂੰ ਬਦਾਮ ਦੇ ਨਾਲ ਲਾਚੀ ਕੱਢਣੀ, ਹਾਂ ਟੋਲਾ ਮਾਰ ਕੇ, ਕਰੋ ਟ੍ਰਾਈ ਦੇਖੋ ਤੁਸੀਂ, ਤੁਸੀਂ ਲੌਂਗ ਕੱਢ ਲਓ, ਲੌਂਗ ਕੱਢਣਾ ਤੁਸੀਂ, ਲੌਂਗ ਥੋੜੇ ਪਿਛਾਂ ਕਰੋ, ਇੱਥੇ ਚੀਟਿੰਗ ਹੋ ਗਈ, ਇੱਥੇ ਕਰ ਲਓ ਨਾ, ਇੱਥੇ ਆਪਣਾ ਆਸਾਨੀ ਹੋਈ। ਹਾਂ,
मेरी जो दो मोस्ट फेवरेट स्पेशल फिल्म्स रही मेरी करियर दी मेरी लाइफ दी जट एंड जूलियट एंड लौंग लाची जो तो मैं मतलब यू नो फिर तो शुरुआत की जो मैं लगता है टू माइलस्टोन्स तो मैं लगता है कि लौंग लाची टू भी एक माइलस्टोन रहेगी साडे लई पंजाबी इंडस्ट्री लई ते द फिल्म इज सो स्पैशल एंड जो भी तुम इन्नी स्पैशल फिल्म करते हो तो वह तो हमेशा याद रहेगी सो सच्ची गल लग रही ना जिदा मैम ने कहा कि इन्होंने जट एंड जूलियट वन की टू की हिट गई तुम निका जलर वन टू थ्री की हिट गई जो भी एक फिल्म हिट होंगी है ना कितने कितने डर हों वो तो हिट उपर देनी लौंग लाची इदा की फिल्म सी जी जी कहानी बहुत पसंद से जिदा म्यूजिक इदा का गीत इदा का पहला पंजाबी गीत से जो सुपर डुपर हिट गया लौंग लाची जी जी इदा ही है भाजी यदा भी म्यूजिक मतलब बहुत ज्यादा मेरा अभी हम अंदर इंटरव्यू तो पहले भी डिस्कशन करते थे म्यूजिक लैके तो बहुत ज्यादा काम किया गया भाजी बहुत ज्यादा रिसर्च की गई है तो हर बंद ने बहुत ज्यादा मेहनत की है म्यूजिक किया गुरमीत भाजी ने तो एक गाना ब्लैक वायरस ने किया पवित्र लसोई भाई ने गाया सिमरन भारद्वाज ने गाया लौंग लाची टू है जो बहुत एप्रीशिएट कर रहे हैं लोग रील्स भी चल रही नीरज ने भी बनाई तो आप भी सारे लगे हुए हैं प्रमोट कर कला लौंग लाची टाइटल ट्रैक ही नहीं होर भी जो गाने वो बहुत प्यारे ने डे बाय डे रिलीज़ हो रहे हैं तो लोग उन्होंने पसंद करेंगे जी आने वाले समय के क्योंकि जो फिल्मों का म्यूजिक होंगे हौली 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 जो फिल्म रिलीज़ होंगी है ना उस तो बाद लोग ज़्यादा पसंद करना शुरू करते हैं उस चीज़ को ना रिलेट करते राइट तो हौली 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 चीज़ें निकल गई मालिक की मेहनत तो दूजी गल यह है कि म्यूजिक जरूरी जरूर है मतलब 101% इंपॉर्टेंट अपन पंजाबी फिल्मों लिए हिंदी फिल्मों लिए भी होंगे हॉलीवुड के भी आने लग गए एक दो गाने का तो साढ़ा तो खैर मतलब प्रमोशन के भी यूज़ होंगे चीज़ा तो फिल्म च भी होल्ड करते बहुत ज़्यादा सीनस जो म्यूजिक आता सो फिर ना सच्ची गल करिए कि तुम सानू जो भी थोड़ा मिलने अं दूने चौने हो जाने क्योंकि तुम साडा पंजाब का पंजाबी अद्दा नाम हमेशा उपर रखिया सा पग का नाम उपर रखिया है ना सो जो हर किरदार के लिए एमी कि मेहनत करता जा कि चीज़ है ना जी सूँ जो तुम कदम टुटते हो कद निराश होंगे हो जी सूँ हलासेरी दें भी नहीं एमी चल नहीं मतलब भरा सज्जन मित्र नाल ने परिवार तो ना तो पॉजिटिव एनर्जी होगी तुम कभी भी नहीं मतलब ढेंदी कला से रेंगे हमेशा तुम खुश रहने चढ़ती कला से रहने तो रेस्ट इदा है जो तुम सच्चे हो तो फिल्म उत्ते थले हो जाती होंगी कोई ऐसा इशू नहीं है ना तो कैरियर ताडा कोई एक डेढ़ दो साल का तो है नहीं गा मालिक रखे सुख अगे आने वाले होर समय के होर मेहनत करेंगे डेफिनेटली तो जे किसी कोई माड़ा मोटा घाटा पै उन्होंने भी कल पूरे करवा देंगे भाई तो हमेशा उम्मीद या मतलब हिरस तो आस ही रही है कि चलो किसी का नुकसान ना हो जिद असं काम करते हैं भी घट्टो घट्ट उन्हें पैसे घर पूरे वापस आ जाए तो कमाई वो मालिक के हाथ है घट आध आते बाकी इदा है भी मैं खुद है जोड़ा भी वो हमेशा ट्राई इदा करता भी चढ़ती कला च रहा कहीं ना ही ढेंदी कला हो तो बाकी लकीली मैं ब्लैस्ट हुई हूँ चंगा परिवार मिले जी चंगे यार सज्जन दोस्त मिले बिल्कुल तो चंगी फिल्म मतलब फिल्म इंडस्ट्री के चंगे दोस्त मिले जो हमेशा चंगी फिल्म देंगे तो कदे इदा हो ही नहीं गी भी लाइन सार मतलब ठा 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 फ्लॉप ही गई हूँ कभी फिल्म सो मालिक की मेहनत वो सक्सैस रेट आ सक्सैस रेशो जी हिट फिल्मों की वधिया मिले सो मैम जो थोड़े तो मैं सवाल पूछा कि तुम बहुत सारिया सुपर डुपर हिट फिल्म की जे को लैवल हिट कर लिया कि नाम ही काफ़ी है ना पर अज भी कि चीज़ है जी नीरू उन्होंने सता कितना कितने लगता भी कितने ऐदा ना हो जाए चीज़ ना हो जाए नहीं पहला मैंने बहुत होंदा सी इस बार आची लौंग लौंग लाची टू हूँ बस थ्री डेज रह गए मैं बिल्कुल कॉम हाँ पहला तो मैंने बहुत ही टेंशन होंगी सी दिनो एंगजाइटी की पता नहीं फिल्म चलूगी नहीं चलूगी आई हैव नो आइडिया बट इस बार मैं कुछ ज़्यादा ही कॉम हाँ शांत हाँ इट्स लाइक एक फीलिंग है कि मतलब वधिया फीलिंग है बट मैं बिल्कुल मतलब वो नहीं कि हाय की होगा पता नहीं यू नो कुछ नहीं आई एम जस्ट आई एम एंजॉयिंग द मोमेंट अपनी जो भी अपना फिल्म का बाहर आ रहा ट्रेलर गाने सब कुछ इंजॉय कर रही हूँ सो फिर की जाते हैं कि तुम मैसेज की दोगे भाजी यही बेनती है सारे अपने परिवारों के नाल जाए फिल्म देखने तो थोड़ा फिल्म चंकी लगेगी डेफिनेटली तो 19 तरीक न फिल्म रिलीज़ हो जानी है 19 अगस्त को तो शुक्रवार को भावें परिवार चुके ना घाल दौ बाकी शनिवार देखा हो जाए कि एतवार तो जो भी समा लगता हो वीकेंड्स वीकडेज़ के कि भी तो परिवार जाए तो इंजॉय करोगे थैंक यू
थैंक यू। सो वीर गल करी ना कि 19 तरीक न फिल्म रिलीज़ होने वाली है जी लौंग लाची। सो साडे वल्लों ना एक बेनती है कि जे तुसीं सच्ची साडे सिनेमे नूं पंजाबीयत नूं प्यार करदे हो तां यार वीर वण के फिल्म ना सिनेमे च जाके देखियो, क्योंकि कोई डुप्लीकेट चीज़ ना वेखियो। उह चीज़ नाल जिथे कदे प्रोड्यूसर दा नुकसान चलो मानदिया हुंदा, पर उहदे नाल असीं अपने आप दे गुनेगार बहुत ज़्यादा हुंदे आ, क्योंकि सिनेमा इदां दी चीज़ आ जिहड़ी साडी बोली दी होंद आ गई, है ना। जे असीं होंद खत्म कर रहे हां तां मैनूं लगदा असीं बहुत वड्डे कातिल आ। सो मैनूं लगदा इह फिल्म सानूं सिनेमे विच देखियो, जे सच्ची दिलों प्यार करदे हो, भाई होरां नूं प्यार करदे हो, मैम होरां नूं प्यार करदे हो, अपनी पंजाबीयत नूं प्यार करदे हो, तां सिनेमे च जाके फिल्म वेखो। तो फिल्म वेखण तों बाद अपने रिव्यू जरूर दिओ। रिव्यू तुसीं वीरे होरां नूं भी टैग कर सकते हो, मैम होरां नूं भी टैग कर सकते हो, अपनी फैमिलियां दे नाल जायो। और गरंटी लैंदे आ कि यह स्वाद आ ना जिहड़ा तुहाडा, ये दूणा चौणा करेगा। इस बार लौंग लाची सिनेमियां दे विच्चों मिलेगी, वो टिकट दे जरिए मिलनी है तुहानूं, थोड़ा मनोरंजन दा जिहड़ा स्वाद आ वो दूणा चौणा जरूर होएगा। थैंक यू, थैंक यू सो मच। थैंक यू जी।